ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰ ਦਿਆਂਗੇ, ਇੱਕ ਹੋਰ ਸਟੋਰੀ ਲੈ ਕੇ ਆਇਆ ਤੁਹਾਡੇ ਲਈ, ਸੱਚੀ ਘਟਨਾ ਗੀ ਤਾਏ ਅਤੇ ਯਾਰ ਭਤੀਜੇ ਦੀ। ਇੱਕ ਬਾਈ ਦਾ ਮੈਨੂੰ ਫੋਨ ਆਇਆ ਸੀਗਾ। ਅੱਜ ਬਾਈ ਦੀ ਉਮਰ ਹੈਗੀ ਆ 40-45 ਸਾਲ, ਬਾਈ ਸਰਕਾਰੀ ਜੋਬ ਕਰਦਾ, ਅਤੇ ਉਹਨੇ ਮੈਨੂੰ ਦੱਸੀ ਹੈ ਗੱਲਬਾਤ ਸਾਰੀ, ਇਹ ਵੀ ਉਹਨਾਂ ਕੀ ਕੁਛ ਹੋਇਆ, ਕਿਵੇਂ ਕਿਵੇਂ ਹੋਇਆ। ਬਾਈ ਕਹਿੰਦਾ ਵੀ ਮੇਰੇ ਛੋਟੇ ਹੁੰਦੇ ਦਾ ਪਹਿਲਾਂ ਮੇਰਾ ਬਾਪ ਗੁਜ਼ਰ ਗਿਆ, ਠੀਕ ਹੈ ਜੀ। ਕਹਿੰਦਾ ਬਾਪ ਗੁਜ਼ਰ ਗਿਆ, ਤਾਏ ਨੇ ਚੁੰਨੀ ਚਾਨੀ ਲਈ ਆ, ਮਾਤਾ ਨੂੰ ਚੁੰਨੀ ਦਿੱਤੀ ਆ, ਖਾਨੀ ਪੱਗ ਦਿੱਤੀ ਆ, ਮਾਤਾ ਨੂੰ ਦਿੱਤੀ ਗਈ ਆ। ਅਤੇ ਕਹਿੰਦਾ ਤਾਏ ਦੇ ਦੋ ਬੱਚੇ ਆਪਦੇ ਹੁੰਦੇ, ਇੱਕ ਮੈਂ ਹੁੰਦਾ ਗਾ, ਤਾਇਆ ਜੇ ਤਾਏ ਦੇ ਦੋ ਕੁੜੀਆਂ, ਇੱਕ ਮੁੰਡਾ ਹੁੰਦਾ ਗਾ। ਤਾਇਆ ਜਿਹੜਾ ਉਹ ਭਾਈ ਕਹਿੰਦਾ ਮੈਂ ਤਾਏ ਦੀ ਬਹੁਤ ਇੱਜ਼ਤ ਕਰਦਾ, ਮੇਰੇ ਨੂੰ ਤਾਇਆ ਜੀ ਆਪਦਾ ਬਹੁਤ ਪਿਆਰ ਕਰਦਾ, ਤਾਏ ਦੀ ਮੈਂ ਕਹਿੰਦਾ ਕੋਈ ਗੱਲ ਨਹੀਂ ਮੋੜਦਾ। ਜਿਹੜੀ ਗੱਲ ਤਾਏ ਨੇ ਕਹਿਤੀ ਉਹ ਸਿਰ ਮੱਥੇ ਚਾਹੇ ਮੁੜ ਕੇ ਕਹਿੰਦਾ, ਬਾਈ ਕਹਿੰਦਾ ਮੈਂ ਕਦੇ ਉਲਟਾ ਕੇ ਇਹ ਗੱਲ ਨਹੀਂ ਕਹੀ ਵੀ ਤਾਇਆ ਤੂੰ ਮੈਨੂੰ ਕਹਿ ਕੀ ਰਿਹਾਗਾ, ਤੇਰੀ ਇਹ ਗੱਲ ਦਾ ਐਂ ਨਹੀਂ ਜੇ ਆਪਾਂ ਐਂ ਕਰ ਲਈਏ, ਕਦੇ ਉਲਟ ਜਵਾਬ ਹੀ ਨਹੀਂ ਦਿੱਤਾ। ਬਾਈ ਕਹਿੰਦਾ ਮੈਂ ਕਦੇ ਟੋਕਿਆ ਤੱਕ ਨਹੀਂ ਤਾਏ ਨੂੰ ਵੀ ਤੂੰ ਕਹਿ ਕੀ ਰਿਹਾਗਾ। ਕਹਿੰਦਾ ਇਹ ਗੱਲ ਹੁੰਦੀ ਹੁੰਦੀ ਕਹਿੰਦਾ ਚਲੋ ਜੀ, ਤਾਏ ਨੇ ਮੈਨੂੰ ਵਧੀਆ ਪੜ੍ਹਾਇਆ ਲਿਖਾਇਆ, ਆਪਦੇ ਜਵਾਕਾਂ ਵਾਂਗੂ ਰੱਖਿਆ। ਕਹਿੰਦਾ ਥੋੜ੍ਹੇ ਟਾਈਮ ਬਾਅਦ ਮਾਂ ਗੁਜ਼ਰ ਜਾਂਦੀ ਹੈ, ਜਦੋਂ ਕਹਿੰਦਾ ਮਾਂ ਗੁਜ਼ਰ ਗਈ ਮੇਰੇ ਲਵੇ ਮੇਰਾ ਹਿੱਸਾ ਹੋਣੀ ਤੀ ਜ਼ਮੀਨ ਦਾ। ਕਹਿੰਦਾ ਜਦੋਂ ਮੇਰੇ ਲਵੇ ਮੇਰੇ ਨਾਂ ਮੇਰਾ ਹਿੱਸਾ ਚੜ ਗਿਆ ਜ਼ਮੀਨ ਦਾ। ਕਹਿੰਦਾ ਤਾਇਆ ਕਹਿੰਦਾ ਉਹ ਜ਼ਮੀਨ ਸਾਡੀ ਕਹਿੰਦਾ ਰੋਡ 'ਤੇ ਲੱਗਦੀ ਤੀ ਦੋਹੇ ਘਰਾਂ ਦੀ। ਕਹਿੰਦਾ ਤਾਇਆ ਮੈਨੂੰ ਕਹਿੰਦਾ ਵੀ ਜੇ ਆਪਾਂ ਥੋੜ੍ਹਾ ਟਾਈਮ ਲੰਘਦਾ ਗਿਆ, ਕਹਿੰਦਾ ਤਾਇਆ ਮੈਨੂੰ ਫੋਨ ਕਰਿਆ ਕਰੇ ਵੀ ਪੁੱਤ ਹੁਣ ਤੂੰ ਘਰੇ ਨਹੀਂ ਆਉਂਦਾ। ਕਹਿੰਦਾ ਮੈਂ ਮੋਹਾਲੀ ਰਹਿੰਦਾ ਤੀ ਭਾਈ, ਜੋਬ ਕਰਦਾ ਤੀ ਉੱਥੇ, ਕਿਉਂ ਉੱਥੇ ਰਹਿੰਦਾ ਤੀ, ਹਫ਼ਤੇ 10 ਦਿਨਾਂ ਬਾਅਦ ਆਉਂਦਾ। ਕਹਿੰਦਾ ਤਾਇਆ ਮੇਰਾ ਇੰਨਾ ਇੱਜ਼ਤ ਮਾਣ ਕਰਦਾ, ਆਪਦੇ ਲਵੇ ਪਾਉਂਦਾ, ਸਾਰਾ ਕੁਛ ਐਂ ਲਾ ਲਓ ਵੀ। ਕਹਿੰਦਾ ਮੈਨੂੰ ਐਂ ਹੋ ਗਿਆ ਵੀ ਜਿਹੜਾ ਕੁਛ ਹੈਗਾ ਮੇਰੇ ਵਾਸਤੇ ਰੱਬ ਮੇਰਾ ਤਾਇਆ, ਜਿਵੇਂ ਤਾਇਆ ਕਿਹਾ ਕਰੇ। ਕਹਿੰਦਾ ਮੈਂ ਕਹਿ ਦਿਆ ਕਰਾਂ ਵੀ ਠੀਕ ਆ ਤਾਇਆ ਜੀ, ਜਿਵੇਂ ਤੁਸੀਂ ਕਹੋ ਵੀ ਠੀਕ ਆ, ਜਿਵੇਂ ਤੁਹਾਨੂੰ ਸਹੀ ਲੱਗੇ, ਵੀ ਤੁਸੀਂ ਮੇਰਾ ਮਾੜਾ ਥੋੜ੍ਹੀ ਸੋਚੋਗੇ। ਉਹ ਬਾਈ ਕਹਿੰਦਾ ਮੈਂ ਇਹ ਭੁਲੇਖੇ ਚ ਰਿਹਾ ਵੀ ਮੇਰਾ ਸਕਾ ਤਾਇਆ ਮੇਰਾ ਕੀ ਮਾੜਾ ਸੋਚਣਾ ਵੀ ਇੰਨਾ ਮੈਨੂੰ ਪਿਆਰ ਕਰਦਾ। ਕਹਿੰਦਾ ਭਾਈ ਕੀ ਕੀਤਾ? ਤਾਇਆ ਕਹਿੰਦਾ ਵੀ ਜਿਹੜੀ ਆਪਣੀ ਰੋਡ 'ਤੇ ਜ਼ਮੀਨ ਆ ਉਹਨੂੰ ਆਪਾਂ ਵੇਚ ਕੇ ਆਪਾਂ ਕਿਤੇ ਹੋਰ ਵੱਧ ਜ਼ਮੀਨ ਬਣ ਜੂ, ਦੁੱਗਣੀ ਬਣ ਜੂ ਤੇਰੀ, ਵੀ ਉੱਥੇ ਤੈਨੂੰ ਦਬਾ ਦਿੰਦਾ। ਕਹਿੰਦਾ ਮੈਂ ਵੀ ਭਾਈ ਗੱਲਾਂ 'ਚ ਆ ਗਿਆ, ਕਿਹਾ ਮੈਂ ਤਾਏ ਦੀ ਕਦੇ ਉਲਟਾਈ ਨਹੀਂ ਤੀ, ਕਿਹਾ ਮੈਂ ਮੰਨ ਲਿਆ ਵੀ ਚੱਲ ਠੀਕ ਆ ਤਾਇਆ ਜੀ, ਜਿਵੇਂ ਸੁਣ ਠੀਕ ਲੱਗੇ ਵੀ ਆਪਾਂ ਲੱਭ ਲਓ ਤੁਸੀਂ। ਕਹਿੰਦਾ ਭਾਈ ਅਸੀਂ ਉਹ ਵੇਚਤਾ ਵਾਹਨ ਮੇਰਾ ਸਾਰਾ, ਰਜਿਸਟਰੀ ਕਰਾ ਤੀ। ਕਹਿੰਦਾ ਵੀ ਪੈਸੇ ਜਿਹੜੇ ਨੇ ਉਹ ਲੈ ਲਏ, ਤਾਏ ਨੂੰ ਫੜਾਇਆ। ਕਹਿੰਦਾ ਮੈਂ ਵੀ ਤਾਏ ਜੀ ਆ ਰੱਖੋ। ਕਹਿੰਦਾ ਤਾਏ ਨੇ ਜ਼ਮੀਨ ਵੀ ਦੇਖ ਲਈ, ਤਾਇਆ ਮੈਨੂੰ ਫੋਨ ਕਰਿਆ ਕਰੇ ਵੀ ਪੁੱਤ ਕਦੋਂ ਆ ਰਿਹਾ, ਮੈਂ ਜ਼ਮੀਨ ਦੀ ਢੇਰੀ ਦੇਖ ਲਈ, ਫਿਰ ਆਪਾਂ ਰਜਿਸਟਰੀ ਕਰਾ ਲਾਂਗੇ, ਬਿਆਨਾ ਕਰ ਦਈਏ, ਤੂੰ ਆ ਜਾ ਇੱਕ ਵਾਰ ਜ਼ਮੀਨ ਦੇਖ ਲਾ। ਕਹਿੰਦਾ ਹੌਲੀ ਹੌਲੀ ਭਾਈ ਉਹਨਾਂ ਨੇ ਕੀ ਕੀਤਾ, ਜ਼ਮੀਨ ਦੇਖੀ, ਜ਼ਮੀਨ ਦੇਖ ਕੇ ਕਹਿੰਦਾ ਜਦੋਂ ਜ਼ਮੀਨ ਦਿਖਾ ਲਿਆ ਮੈਨੂੰ ਤਾਇਆ, ਕਹਿੰਦਾ ਵੀ ਇਹਦਾ ਬਿਆਨਾ ਕਰਦੇ ਅਸੀਂ ਭਾਈ। ਕਹਿੰਦਾ ਬਿਆਨਾ ਕਰਤਾ, ਬਿਆਨਾ ਕਰਕੇ ਕਹਿੰਦਾ ਅਸੀਂ 3 ਮਹੀਨੇ ਕਦਾ ਟਾਈਮ ਪਾ ਲਿਆ ਵੀ ਆ 19 ਤਰੀਕ ਨੂੰ ਰਜਿਸਟਰੀ ਕਰਾਵਾਂਗੇ। ਕਹਿੰਦਾ ਤਾਇਆ ਕਹਿੰਦਾ ਠੀਕ ਆ ਵੀ ਹੁਣ ਤੂੰ ਕਹਿੰਦਾ ਜਾ ਪੁੱਤ, ਕਹਿੰਦਾ ਤੂੰ ਉੱਥੇ ਸਾਂਭ ਜਦੋਂ ਰਜਿਸਟਰੀ ਵੇਲੇ ਤੂੰ ਆ ਜਾਈਂ। ਕਹਿੰਦਾ ਮੈਨੂੰ ਵੀ ਐਂ ਹੋ ਗਿਆ ਵੀ ਠੀਕ ਆ ਭਾਈ ਹੁਣ ਰਜਿਸਟਰੀ ਵੇਲੇ ਆਪਾਂ ਆ ਜਾਂਗੇ, ਹੁਣ ਆਪਾਂ ਕਰਨਾ ਵੀ ਕੀ, ਆਪਾਂ ਆਪਦੀ ਜੋ ਨੌਕਰੀ 'ਤੇ ਜਾਂਦੇ ਹਾਂ। ਜੋ ਕਹਿੰਦਾ ਨੌਕਰੀ 'ਤੇ ਗਿਆ ਗਾਹਾਂ ਮੈਂ ਕੰਮ ਕਰਦਾ ਕਰਦਾ, ਕਹਿੰਦਾ ਗਾਹਾਂ ਗਿਆ। ਕਹਿੰਦਾ ਉੱਥੇ ਫਿਰ ਮੈਨੂੰ ਪਤਾ ਲੱਗਿਆ, ਕਹਿੰਦਾ ਮੈਂ ਤਾਏ ਨੂੰ ਫੋਨ ਕੀਤਾ ਵੀ ਤਾਇਆ ਤਰੀਕ ਆਉਣ ਵਾਲੀ ਆ, ਤੂੰ ਉਹਨਾਂ ਨੂੰ ਪੁੱਛ ਦੱਸ ਤਾ ਕਰ ਵੀ ਭਾਈ ਕਦੋਂ ਆਪਾਂ ਉਹ ਕਰੀਏ ਜਿਹੜੀ ਆਪਾਂ ਜ਼ਮੀਨ ਆ ਵੀ ਕਦੋਂ ਰਜਿਸਟਰੀ ਕਰਾਈਏ। ਕਹਿੰਦਾ ਤਾਇਆ ਮੈਨੂੰ ਕਹਿੰਦਾ ਵੀ ਕੋਈ ਨਹੀਂ, ਮੈਨੂੰ ਹਜੇ ਉਹਨਾਂ ਨੂੰ ਹਜੇ ਟਾਈਮ ਨਹੀਂ, ਮੈਂ ਜਾ ਕੇ ਆਇਆ, ਉਹਨਾਂ ਤੋਂ ਕਾਗਜ਼ ਪੱਤਰ ਲਿਖਿਆ ਲਿਆ। ਉਹ ਕਹਿੰਦੇ ਵੀ 10 ਕੁ ਦਿਨ ਖੜ ਜਾਓ ਵੀ ਫਿਰ ਰਜਿਸਟਰੀ ਕਰਾਉਂਦੇ। ਇੰਨੇ ਟਾਈਮ 'ਚ ਕਹਿੰਦਾ ਮੇਰੀ ਮਾਤਾ ਪੂਰੀ ਹੋ ਜਾਂਦੀ ਆ, ਜੋ ਕਹਿੰਦਾ ਮਾਤਾ ਪੂਰੀ ਹੋ ਜਾਂਦੀ ਆ, ਉਦੋਂ ਬਾਅਦ ਤਾਇਆ ਦਾ ਕਹਿੰਦਾ ਮੈਨੂੰ ਔਖੜ ਔਖੜ ਪੈਣ ਲੱਗ ਜਾਂਦਾ। ਕਹਿੰਦਾ ਮੈਂ ਫਿਰ ਪਤਾ ਕੀਤਾ, ਉਹ ਬੰਦਿਆਂ ਲਵੇ ਗਿਆ, ਹੋਰ ਬੰਦੇ ਨੂੰ ਭੇਜਿਆ ਕਿਸੇ ਨੂੰ
ਵੀ ਭਾਈ ਪੁੱਛ ਗਿਆ ਵੀ ਕੀ ਗੱਲਬਾਤ ਬਣੀ। ਕਹਿੰਦਾ ਉਹ ਕਹਿੰਦਾ ਵੀ ਨਹੀਂ ਜੀ, ਮੈਂ ਤਾਂ ਕਹਿੰਦਾ ਕੋਈ ਨਹੀਂ ਉਹ ਕਰਦਾ। ਜਵਾਨ ਮੰਨ ਲਾ ਕਹਿੰਦਾ, ਉਹਦਾ ਕਹਿੰਦਾ ਵੀ ਮੈਂ ਤਾਂ ਕੋਈ ਨਹੀਂ ਉਹ ਕਰਦਾ ਤਾਇਆ, ਵੀ ਮੈਂ ਤਾਂ ਇਸ ਤਰ੍ਹਾਂ ਰਜਿਸਟਰੀ ਕਰਾ ਤੀ ਤੇਰੇ ਤਾਏ ਨੂੰ। ਕਿਆ ਸਾਨੂੰ ਤਾਂ ਕਹਿੰਦਾ ਵੀ ਮੇਰੇ ਨਾਲ ਕਰਵਾ ਦਿਉ, ਵੀ ਮੇਰਾ ਭਤੀਜੇ ਲਵੇ ਦਾ ਟਾਈਮ ਨਹੀਂ ਹੈਗਾ, ਕਿਸੇ ਤਾਂ ਕਰਵਾ ਤੇ। ਕਿਆ ਮੈਂ ਤਾਏ ਨੂੰ ਕਿਹਾ ਵੀ ਤਾਇਆ ਤੂੰ ਮੇਰੀ ਜ਼ਮੀਨ ਕਿਵੇਂ ਰੱਖ ਗਿਆ, ਤੂੰ ਤਾਂ ਮੇਰੇ ਨਾਲ, ਤੂੰ ਤਾਂ ਮੈਨੂੰ ਕਹਿੰਦੀ ਹੈ ਵੀ ਉਹਨਾਂ ਨੇ ਰਜਿਸਟਰੀ ਨਹੀਂ ਕਰਵਾਈ, ਹਜੇ ਉਹਨਾਂ ਦੇ ਮਰਗਤ ਹੋ ਗਈ, ਜੇ ਹੋ ਗਿਆ ਵੋ ਹੋ ਗਿਆ, ਰੌਲਾ ਪੈ ਰਿਹਾ ਉਹਨਾਂ ਦੇ। ਕਹਿੰਦਾ ਤਾਇਆ ਮੈਨੂੰ ਕਹਿੰਦਾ ਵੀ ਹਾਂ ਤੂੰ ਜਿਹੜਾ ਕੁਛ ਕਰਨਾ ਕਰ ਲਾ, ਵੀ ਮੈਂ ਤਾਂ ਐਂ ਕਰੂੰਗਾ, ਵੀ ਹੁਣ ਮੇਰੇ ਨਾਲ ਬਾਹਨ ਆ, ਫਿਰ ਲਵੇ ਸਬੂਤ ਦੇ ਕੀ ਆ, ਜਦ ਮੇਰੇ ਭਾਈ ਭਰਜਾਈ ਹੈ ਮਰ ਗਏ ਤੂੰ ਮੇਰਾ ਲੱਗਦਾ ਕੀ ਆ। ਕਹਿੰਦਾ ਉਹ ਸਿੱਧੀ ਮੈਨੂੰ ਇਹ ਗੱਲ ਕਹਿੰਦਾ। ਕਹਿੰਦਾ ਮੈਂ ਸੋਚਣ ਨੂੰ ਹੈਰਾਨ, ਕਹਿੰਦਾ ਮੈਂ ਫਿਰ ਕਰ ਵੀ ਕੀ ਸਕਦਾ ਸੀ, ਕਹਿੰਦਾ ਆਪਦੇ ਹੱਥ ਮੈਂ ਆਪ ਹੀ ਵਢਾਏ ਤੀ ਜਦ। ਕਿਆ ਮੈਂ ਸੋਚ ਕੇ ਵੀ ਹੁਣ ਆਹ ਸੋਚ ਕਰਕੇ ਕੀ ਕਰਦਾ। ਕਿਹਾ ਮੈਂ ਰੋਜ਼ ਅੱਜ ਵੀ ਰਾਤ ਨੂੰ ਕਹਿੰਦਾ ਇਹ ਗੱਲ ਯਾਦ ਕਰਕੇ ਮੇਰੀ ਅੱਖ ਖੁੱਲ੍ਹ ਜਾਂਦੀ ਹੈ, ਮੈਂ ਰੋਨਾ। ਕਿਹਾ ਮੈਂ ਗੁਰੂ ਘਰ ਜਾਂਦੀ ਸੀਗਾ ਪਹਿਲਾਂ ਤੀ ਜਾਂਦਾ ਸੀ ਪੁਰਾਣੇ ਟਾਈਮ 'ਤੇ। ਬਾਈ ਕਹਿੰਦਾ ਅੱਜ ਵੀ ਕਹਿੰਦਾ ਗੁਰੂ ਘਰ ਜਾ ਕੇ ਰੋ ਕੇ ਆਉਣਾ ਵੀ ਸੱਚੇ ਪਾਤਸ਼ਾਹ ਤੈਂ ਮੇਰੇ ਨਾਲ ਇਹ ਕੀ ਕਰਤਾ। ਕਹਿੰਦਾ ਮੇਰੀ ਇੱਕ ਛੋਟੀ ਜਿਹੀ ਵਿਸ਼ਵਾਸ ਵਾਲੀ ਗਲਤੀ ਨੇ ਇੰਨਾ ਘਰ ਪੱਟਦਾ। ਕਹਿੰਦਾ ਮੈਨੂੰ ਸਾਰੀ ਉਮਰ ਨੂੰ ਮੇਰੇ ਹੱਥੋਂ ਮੇਰੀ ਜ਼ਮੀਨ ਗਈ, ਸਾਰਾ ਕੁਛ ਗਿਆ। ਕਿਆ ਉੱਧਰ ਤਾਇਆ ਤੀ ਜਿਹੜਾ ਤਾਏ ਦਾ ਮੁੰਡਾ ਜਿਹੜਾ ਉਹ ਨਸ਼ੇ ਨੁਸ਼ੇ ਕਰਨ ਲੱਗ ਗਿਆ, ਉਹ ਨਹੀਂ ਕੰਟਰੋਲ 'ਚ ਰਿਹਾ, ਤਾਏ ਉਹ ਮਰ ਗਿਆ। ਜਿਹੜੀ ਤਾਇਆ ਅਤੇ ਤਾਈ ਤੀਗੇ ਉਹਨਾਂ ਦੋਹਾਂ ਨੂੰ ਕੈਂਸਰ ਹੋ ਗਿਆ, ਕੈਂਸਰ ਹੋਇਆ ਹੋਇਆ ਉਹ ਮੰਜੇ 'ਤੇ ਸੀਗੇ, ਹੁਣ ਵੀ ਮੰਜੇ 'ਤੇ ਨੇ। ਕਹਿੰਦਾ ਨਾ ਉਹਨਾਂ ਨੂੰ ਕੋਈ ਪਾਣੀ ਤੱਕ ਨਹੀਂ ਪੁੱਛ ਰਿਹਾ। ਕਹਿੰਦਾ ਅੱਜ ਉਹਨਾਂ ਨੂੰ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤਾਇਆ ਤੈਨੂੰ ਕਿਸੇ ਨੇ ਪਾਣੀ ਨਹੀਂ ਪੁੱਛਣਾ, ਜਿਹੜੀ ਤੂੰ ਠੱਗੀ ਮੇਰੇ ਨਾਲ ਮਾਰੀ ਆ ਨਾ ਬਚਦਾ ਤੇਰਾ ਘਰ ਵੀ ਨਹੀਂ। ਕਹਿੰਦਾ ਕਹਿੰਦਾ ਜਿਹੜਾ ਕੁ ਹੋਊ ਦੇਖੀ ਜਾਊਗਾ, ਐਂ ਹੁਣ ਦੁਨੀਆ ਨਾਲ ਹੁੰਦੀ ਆ। ਕਹਿੰਦਾ ਇਹ ਤਾਂ ਹੁਣ ਮੇਰਾ ਭਾਈ ਭਰਜਾਈ ਨਹੀਂ ਰਹੇ, ਜਿਹੜੀ ਤੁਹਾਨੂੰ ਗੱਲ ਦੱਸੀ ਵੀ ਹੁਣ ਤੂੰ ਕਹਾਉਣਾ ਮੇਰਾ ਲੱਗਦਾ ਕੀ ਆ ਤੂੰ ਮੇਰਾ। ਇਹ ਠੀਕ ਆ, ਇਹ ਹੀ ਸੋਚ ਵਾਲੇ ਬੰਦੇ ਵੀ ਹੁੰਦੇ ਨੇ ਤਾਏ ਹੁੰਦੇ ਨੇ। ਅਤੇ ਕਹਿੰਦਾ ਅੱਜ ਬਸ ਗੱਲ ਮੁਕਾਓ, ਉਹਨਾਂ ਨੂੰ ਕੋਈ ਪਾਣੀ ਤੱਕ ਨਹੀਂ ਪੁੱਛ ਰਿਹਾ, ਇੰਨੀ ਮਾੜੀ ਹਾਲਤ ਆ, ਜਿੱਥੇ ਪਏ ਨੇ ਉੱਥੇ ਪਏ ਨੇ। ਮੁੰਡਾ ਜਿਹੜਾ ਉਹ ਨਸ਼ੇ 'ਚ ਮਰ ਗਿਆ, ਕੁੜੀਆਂ ਨੇ ਜਿਹੜੀਆਂ ਉਹ ਵਿਆਹ ਕੇ ਚਲੀਆਂ ਗਈਆਂ, ਅੱਜ ਉਹ ਪਾਣੀ ਦੇ ਗਿਲਾਸ ਤੱਕ ਨੂੰ ਤਰਸਦੇ ਨੇ, ਅਤੇ ਉਹ ਉਸ ਟਾਈਮ ਨੂੰ ਸੋਚ ਕੇ ਰੋਂਦੇ ਨੇਗੇ। ਪਰ ਕਹਿੰਦਾ ਅੱਜ ਵੀ ਉਹਨਾਂ ਨੇ ਮੇਰੇ ਨਾਲ ਮੇਰਾ ਵਾਹਨ ਜਿਹੜੀ ਠੱਗੀ ਮਾਰੀ ਸੀ ਉਹ ਵਾਪਸ ਨਹੀਂ ਕੀਤੀ। ਸੋ ਇਹੀ ਨਸੀਹਤ ਦਿੰਦੇ ਹਾਂ ਭਾਈ ਸਾਰਿਆਂ ਨੂੰ ਵੀ ਜੇ ਕੋਈ ਵੀ ਆ ਕਿਸੇ ਨਾਲ ਇੱਦਾਂ ਨਾ ਕਰਿਆ ਕਰੋ, ਜਿਹੜੇ ਸਾਕੇ ਭੈਣ ਭਰਾਵਾਂ ਰਿਸ਼ਤੇ ਨੇ, ਇਹ ਕੋਈ ਛੋਟੀ ਗੱਲ ਨਹੀਂ ਹੈਗੀ, ਇਹ ਸਾਰੀ ਉਮਰ ਵਾਸਤੇ ਹੀ ਰਹਿੰਦਾ ਗਾ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਜਿਹੜੇ ਤਾਏ ਚਾਚਿਆਂ ਦੇ ਸਕੇ ਭਰਾਵਾਂ ਦੇ ਰਿਸ਼ਤੇ ਨਾ, ਇਹਨੂੰ ਦਾਗ ਨਾ ਲਾਓ, ਤਾਰ ਤਾਰ ਨਾ ਕਰੋ, ਇਹ ਬਾਹਣਾਂ ਦਾ ਕੀ ਆ, ਇਹ ਮਿੱਟੀਆਂ ਦਾ ਕੀ ਆ, ਜ਼ਮੀਨਾਂ ਦਾ ਕੀ ਆ, ਇਹ ਤਾਂ ਇੱਥੇ ਰਹਿ ਜਾਣੀਆਂ ਨੇ ਸਾਰੀ ਉਮਰ ਨੂੰ, ਜਿਹੜੀ ਲਿਹਾਜ਼ ਆ ਉਹ ਕੰਮ ਆਉਣੀ ਆ ਬੰਦੇ ਦੀ। ਸੋ ਵੀਡੀਓ 'ਚ ਇਹੀ ਮੈਸੇਜ ਆ ਵੀ ਜਿਹੜਾ ਤਾਏ ਤਿਆਰ ਚਾਚੇ ਦਾ ਪਿਆਰ ਆ, ਚਾਚੇ ਤਿਆਰ ਭਤੀਜੇ ਦਾ ਪਿਆਰ ਆ, ਤਾਏ ਭਤੀਜੇ ਦਾ ਪਿਆਰ ਆ, ਉਹ ਜਿਹੜਾ ਬਰਕਰਾਰ ਰੱਖੀਏ ਆਪਦੇ ਪਰਿਵਾਰਾਂ 'ਚ, ਆਪਦੇ ਭਾਈਆਂ 'ਚ, ਇੰਨਾ ਕੁ ਏਕਾ ਅਤੇ ਤਬਾਕ ਰੱਖੀਏ ਵੀ ਕੱਲ੍ਹ ਨੂੰ ਕੋਈ ਗੱਲ ਸਾਨੂੰ ਦੇਣੀ ਨਾ ਪੈ ਜੇ। ਸੋ ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੇ ਕਿ ਹਾਂ ਸੱਚ, ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਵੀਡੀਓ 'ਚ ਬਣੇ ਰਹਿਣ ਲਈ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ।